ਹੈ ਹਰਵਿੰਦਰ ਕੌਰ ਪਤਨੀ ਸੰਦੀਪ ਸਿੰਘ ਦਾ ਕੀ? ਇਹ ਹਰਵਿੰਦਰ ਕੌਰ ਆ ਜਿਹੜੀ ਅਲੌਦੀਪੁਰ ਦੀ ਰਹਿਣ ਵਾਲੀ ਹੈ, ਇਹਦੇ ਹਸਬੈਂਡ ਦਾ ਨਾਮ ਸੰਦੀਪ ਸਿੰਘ ਹੈ। ਅਤੇ ਇਹ ਕੱਲ੍ਹ ਸਾਨੂੰ ਰਿਪੋਰਟਿੰਗ ਹੋਈ ਸੀਗੀ ਵੀ ਇਹਨੇ ਕੁਛ ਜਿਹੜੀ ਇਹ ਚੀਜ਼ ਜਿਹੜੀ ਹੈ ਨਾ ਕੋਈ ਖਾ ਲਿਆ ਜ਼ਹਿਰੀਲੀ ਚੀਜ਼, ਉਹਦੇ ਸੰਬੰਧ 'ਚ ਅਸੀਂ ਇਹਦੀ ਜਿਹੜੀ ਡੈਡ ਬੋਡੀ ਕਬਜ਼ੇ 'ਚ ਲੈ ਲਈ ਸੀ। ਫਿਰ ਇਹਦੇ ਜਿਹੜੇ ਪੇਰੈਂਟਸ ਸੀਗੇ, ਕਿਉਂਕਿ ਫਾਦਰ ਮਦਰ ਤਾਂ ਇਹਦੇ ਹੈ ਨਹੀਂ, ਕਿ ਹੋਰ ਰਿਸ਼ਤੇਦਾਰ ਸੀ, ਉਹਨਾਂ ਨੂੰ ਸਾਡੇ 'ਚ ਸੰਪਰਕ ਕੀਤਾ। ਅਤੇ ਫਿਲਹਾਲ ਜਿਹੜੀ ਆ 174 ਦੀ ਪ੍ਰੋਸੀਡਿੰਗ ਜਿਹੜੀ ਅਸੀਂ ਅਮਲ 'ਚ ਲੈਂਦੀ ਹੈ। ਪੋਸਟਮਾਰਟਮ ਅਸੀਂ ਕਰਾ ਲਿਆ, ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਜਿੱਦਾਂ ਦੀ ਕਾਨੂੰਨੀ ਕਾਰਵਾਈ ਇਹ ਚਾਹੁੰਦੇ ਹੋਣਗੇ, ਜਿਹੜੀ ਫੈਕਟ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਕਰ ਦਿੱਤੀ ਜਾਵੇਗੀ। ਅਤੇ ਬੋਡੀ ਦਾ ਇਹ ਕਹਿੰਦੇ ਪਏ ਸੀਗੇ ਵੀ ਬੋਡੀ ਅਸੀਂ ਲੈ ਕੇ ਜਾਣਾ ਹੈ। ਇੱਥੇ ਆ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਇੱਥੇ ਇਕੱਠੀਆਂ ਹੋਈਆਂ ਜੀ। ਠੀਕ ਹੈ। ਚੱਕ ਪਿੰਡ ਲਈ ਦਾ ਪਿੰਡ ਆ ਲੜਕੀ ਦਾ, ਅਤੇ ਇਹਦਾ ਨੇੜਾ ਪਿੰਡ ਅਲੌਦੀਪੁਰ ਆ। ਉਹ ਹੁਣ ਇੱਥੇ ਇਹਨਾਂ ਦਾ ਇਹ ਫੈਸਲਾ ਹੋਇਆ ਵੀ ਲੜਕਾ ਅਤੇ ਲੜਕਾ ਉਹਦੀ ਜਿਹੜੀ ਮਦਰ ਆ ਉਹ ਨਹੀਂ ਜਾਣਗੇ, ਕਿਉਂਕਿ ਸਿਚੁਏਸ਼ਨ ਜਿਹੜੀ ਹੈ ਟੈਂਸ ਹੈ। ਸੋ ਇਸ ਕਰਕੇ ਜਿਹੜਾ ਇਹ ਬਾਕੀ ਜਿਹੜੀਆਂ ਪੰਚਾਇਤ ਉੱਥੇ ਜਾਊਗੀ, ਸੰਸਕਾਰ ਜਿਹੜਾ ਇਹਦਾ ਚੱਕ ਪਿੰਡ ਲਈ ਕਰਨਾ ਚਾਹੀਦਾ। ਤੁਸੀਂ ਲੜਕੀ ਦੇ ਭਾਬੀ ਕੀ ਨਾਮ ਜੀ ਤੁਹਾਡਾ? ਸਰਬਜੀਤ ਕੌਰ। ਕੀ ਗੱਲ ਕੀ ਹੋਈ? ਗੱਲ ਜੀ ਇਹ ਪਹਿਲਾਂ ਵੀ ਕੁੱਟਮਾਰ ਕਰਦੇ ਹੁੰਦੇ ਸੀ। ਕਿਹਨਾਂ ਕਰਦੇ ਸੀ ਕੁੱਟਮਾਰ? ਇਹ ਮੇਰੀ ਨਿਆਣੀ ਆ। ਕੀ ਨਾਮ ਉਹਨਾਂ ਦਾ? ਹਰਵਿੰਦਰ ਕੌਰ। ਅੱਛਾ ਜੀ। ਹਾਂਜੀ। ਘਰ ਵਾਲੇ ਦਾ ਕੀ ਨਾਮ ਆ? ਸੰਦੀਪ ਸਿੰਘ। ਕਿੱਥੇ ਰਹਿੰਦੇ ਸੀਗੇ? ਲੋਧੀ ਕੌਰ। ਅੱਛਾ ਜੀ, ਕੀ ਚੱਕਰ ਕੀ ਪਿਆ ਇਹਨਾਂ ਦਾ? ਚੱਕਰ ਜੀ ਅਸੀਂ ਜਦੋਂ ਨਾ ਇਹਨਾਂ ਦੀ ਵਿਆਹ ਤੋਂ ਮਗਰੋਂ ਗਾੜੀ ਬਣੀ ਬੁਣੀ ਸੀ, ਇੱਦਾਂ ਹੀ ਲੱਗਦੇ ਰਹੇ ਇਹ। ਅਤੇ ਚਿੱਟਾ ਪੀਂਦਾ ਸੀਗਾ ਸਾਡਾ ਜਿਹੜਾ ਪ੍ਰਾਹੁਣਾ ਆ, ਉਹ ਚਿੱਟਾ ਪੀਂਦਾ ਸੀਗਾ। ਅਤੇ ਉਹਨੇ ਹੁਣ ਵੀ ਜਿੱਦਾਂ ਮਤਲਬ ਚਿੱਟੇ ਇਹ ਕਹਿੰਦੇ ਕਿ ਚਿੱਟਾ ਚੱਕਰ 'ਚ ਪੁਲਿਸ ਆਈ ਘਰੇ, ਅਤੇ ਅੱਗੇ ਪੁਲਿਸ ਆਈ ਤਾਂ ਉਹ ਤਲਾਸ਼ੀ ਤੁਸੀਂ ਲੈਣ ਲੱਗੀ, ਤਾਂ ਇਹਨਾਂ ਨੇ ਜੀ ਮਗਰੋਂ ਕਹਿ ਦਿੱਤਾ ਵੀ ਉਹ ਪੁਲਿਸ ਦਾ ਕਰਕੇ ਉਹਨੂੰ ਅਟੈਕ ਹੋ ਗਿਆ, ਵੀ ਘਬਰਾ ਗਈ ਕੁੜੀ, ਦਿਲ ਛੱਡ ਗਈ। ਇਹਨਾਂ ਨੇ ਜਦੋਂ ਫੋਨ ਕੀਤਾ ਅਤੇ ਅਸੀਂ ਕਿਹਾ ਵੀ ਅਤੇ ਇਹ ਜਦੋਂ ਜੀ ਮੈਂ ਫੋਨ ਕੀਤਾ ਨਾ ਇਹਦੀ ਮਾਤਾ ਨੂੰ ਸੰਦੀਪ ਜੀ ਨੂੰ, ਕਿ ਮੈਂ ਕਿਹਾ ਵੀ ਮਾਸੀ ਜੀ ਕੀ ਗੱਲ ਹੋ ਗਈ? ਕਹਿੰਦੀ ਵੀ ਆਪਣੀ ਵੀ ਹਿੰਦਰਤ ਪੂਰੀ ਹੋ ਗਈ, ਵੀ ਮੈਂ ਦਾਗ ਦੇ ਦੇਣ ਲੱਗੀ ਹਾਂ, ਤੂੰ ਸਵੇਰ ਨੂੰ ਆ ਜੀ। ਅਤੇ ਮੈਂ ਉਹਨਾਂ ਨੂੰ ਇਹੀ ਉਲਟਾ ਕਿਹਾ ਕਿ ਮੈਂ ਕਿਹਾ ਤੁਸੀਂ ਦਾਗ ਨਾ ਦਿਓ ਮਾਸੀ ਜੀ, ਵੀ ਸਾਡਾ ਫਰਜ਼ ਬਣਦਾ, ਅਸੀਂ ਲੀੜੇ ਆਪਦੇ ਪਾਉਣੇ ਇਹਦੇ, ਵੀ ਸਾਡਾ ਪੇਕਿਆਂ ਦਾ ਫਰਜ਼ ਬਣਦਾ ਅਸੀਂ ਆਵਾਂਗੇ, ਵੀ ਇਹਦਾ ਮਾਂ ਪਿਓ ਹੈ ਨਹੀਂ ਅਤੇ ਭਰਜਾਈ ਤਾਂ ਹੈਗੀ ਆ, ਵੀ ਚਾਚਾ ਵੀ ਹੈਗਾ ਚਾਚੀ ਵੀ ਹੈਗੀ, ਅਸੀਂ ਆਵਾਂਗੇ ਤਾਂ ਅਸੀਂ ਆਣ ਕੇ ਇਹਨੂੰ ਦਾਗ ਦੇਵਾਂਗੇ। ਤਾਂ ਇਹਨਾਂ ਨੇ ਫੋਨ ਕਰ ਦਿੱਤਾ ਜੀ, ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਸਾਡੀ, ਇਹਨਾਂ ਨੇ ਫੋਨ ਕਰਤਾ ਮਗਰੋਂ ਜੀ ਇਹਨਾਂ ਨੇ ਪਹਿਲਾਂ ਤਾਂ ਇਹ ਬਹੁਤ ਇੱਦਾਂ ਕੁੜਦੇ ਮਾਰ ਦਿੰਦੇ, ਮੈਂ ਲੈ ਜਾਂਦੀ ਸੀ ਅਤੇ ਉਹ ਕਹਿੰਦੀ ਸੀ ਮੇਰੇ ਨਿਆਣੇ ਆ, ਕੋਈ ਗੱਲ ਨਹੀਂ ਭਾਬੀ ਮੈਨੂੰ ਛੱਡਿਆ, ਚੱਲ ਮੇਰਾ ਘਰ ਨਾ ਖਰਾਬ ਹੋਵੇ, ਅਤੇ ਮੈਂ ਲੈ ਜਾਂਦੀ ਸੀ, ਫਿਰ ਆਪੇ ਮੈਂ ਛੱਡ ਜਾਂਦੀ ਸੀ ਵੀ ਚੱਲ ਕੋਈ ਨਹੀਂ ਜੇ ਤੂੰ ਇੱਦਾਂ ਕਰਦੀ ਤਾਂ ਛੱਡ ਜਾਂਦੀ ਆ। ਫਿਰ ਜੀ ਇਹਨਾਂ ਨੇ ਹੁਣ ਪਿੱਛੇ ਜਾ ਕਹਿੰਦਾ ਮੈਂ ਬੋਲਟ ਲੈਣਾ ਆਪਦੀ ਭਰਜਾਈ ਨੂੰ, ਕਿਹਾ ਮੈਨੂੰ 30,000 ਰੁਪਈਆ ਦੇ। ਅਤੇ ਇਹਨਾਂ ਨੇ ਜੀ ਬਹੁਤ ਕੁੱਟਿਆ ਕੁੜੀ ਨੂੰ, ਉਹਨੇ ਵਿਚਾਰੇ ਰੋਂਦੀ ਨੇ ਮੈਨੂੰ ਫੋਨ ਕੀਤਾ, ਕਹਿੰਦੀ ਕਿ ਭਾਬੀ 30,000 ਰੁਪਈਆ ਮੰਗਦਾ ਆ ਸੰਦੀਪ, ਵੀ ਥੁੜਦੇ ਆ ਬੋਲਟ 'ਚੋਂ, ਜੇ ਤੂੰ ਕਹਵੇਂ ਤਾਂ ਵੀ ਹੈਗੇ ਤਾਂ ਮੈਨੂੰ ਦੇ ਦੇ। ਮੈਂ ਕਿਹਾ ਚੱਲ ਮੇਰੇ ਤੋਂ ਹੁਣ ਨਾ ਹੁਣ ਤੈਨੂੰ ਕਿ ਤੈਨੂੰ ਪੈਸੇ ਚਾਹੀਦੇ ਮੈਂ ਦੇ ਦੂੰ। ਸਾਡੇ ਪਿੰਡ ਦਾ ਸਰਦਪੁਰ ਦਾ ਮੁੰਡਾ ਮਨਦੀਪ ਵਾਲਾ ਨਾਮ, ਅਤੇ ਉਹ ਫੜਾ ਕੇ ਗਿਆ ਇਹਨੂੰ,